صلی علی نبینا صلی علی نبینا صلی علی محمد صلی علی شفینا صلی علی محمد اور کس کی مجال دم برے صفت رسول کی کرے جس پر خدا نے خود پڑھا صلی علی محمد صلی علی شفینا صلی علی محمد اعوذ باللہ من الشیطان الرجیم بسم اللہ الرحمن الرحیم میرے دوستو تو میرے اسلامی بہن بھراؤ لو بچو اج تانو میں ایک ایسا وظیفہ تانے نال ਤੁਹਾਨੂੰ ਦੱਸਦੇ ਲੱਗਾਂ ਸਿਫਿਲ ਇਲਮ ਵਾਲਾ ਬੰਦਾ ਆਪਣਾ ਇਲਮ ਨਾਲ ਜਿੰਨਾ ਮਰਜ਼ੀ ਟਿੱਲ ਵਾਲੇ ਤੁਹਾਡੇ ਅਮਲ 'ਤੇ ਅਸਰ ਨਹੀਂ ਪਏਗਾ ਜਿਹੜਾ ਤੁਸੀਂ ਵਾਰ ਵਾਰ ਕਹਿੰਦੇ ਬਾਬੇ ਸਾਨੂੰ ਲੱਗਦਾ ਸਾਡਾ ਇਲਮ ਕਿਸੇ ਨੇ ਖੋਹ ਲਿਆ ਜਾਂ ਇਲਮ ਜ਼ਾਇਆ ਕਰ ਦਿੱਤਾ ਹੈ ਲੋ ਬੱਚੋ ਅੱਜ ਤੋਂ ਬਾਅਦ ਤੁਹਾਡਾ ਨਾ ਇਲਮ ਕੋਈ ਖੋਏਗਾ ਅਤੇ ਨਾ ਉਹ ਜ਼ਾਇਆ ਕਰ ਸਕੇਗਾ ਜਿੰਨਾ ਮਰਜ਼ੀ ਟਿੱਲ ਲਾ ਲਿਓ ਅਤੇ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਣਾ ਐਤ ਤੁਸੀਂ ਉਹਨੂੰ ਜਾਂ ਤਾਂ ਇਸ਼ਾ ਤੋਂ ਬਾਅਦ ਅਸਲ ਟਾਈਮ ਸ਼ਾਹ ਤੋਂ ਬਾਅਦ ਉਹਨੂੰ ਤੁਸੀਂ ਪੜ੍ਹੋ 313 ਦਫ਼ਾ ਪੜ੍ਹਨਾ ਜਾਇਤ ਨੂੰ ਅਤੇ ਜਾਂ ਤਾਂ ਜਦੋਂ ਟਾਈਮ ਰੱਖ ਲਓ ਸਭ ਤੋਂ ਬਿਹਤਰ ਹੈਗਾ ਜੀ 313 ਦਫ਼ਾ ਪੜ੍ਹਨਾ ਹੈ ਸਿਫਿਲ ਇਲਮ ਵਾਲਾ ਜਿੰਨਾ ਮਰਜ਼ੀ ਟਿੱਲ ਲਾ ਲਏ ਬੱਚੋ ਆਮ ਇਲਮ ਵਾਲਾ ਵੀ ਜਿੰਨਾ ਮਰਜ਼ੀ ਟਿੱਲ ਲਾ ਲਏ ਤੁਹਾਡਾ ਇਲਮ ਨਾ ਜ਼ਾਇਆ ਕਰ ਸਕਦਾ ਅਤੇ ਨਾ ਹੀ ਖੋ ਸਕਦਾ ਤੁਹਾਨੂੰ ਦੱਸਦਾ ਬੱਚੋ ਸਮਝ ਆ ਰਹੀ ਹੈ ਨਾ ਤੁਹਾਡਾ ਇਲਮ ਕੋਈ ਖੋ ਸਕਦਾ ਅਤੇ ਨਾ ਤੁਹਾਡਾ ਇਲਮ ਕੋਈ ਜ਼ਾਇਆ ਕਰੇਗਾ ਅਤੇ ਨਾ ਤੁਹਾਡੇ ਦਿਲ 'ਚ ਕੋਈ ਵਸਵਸਾ ਐਸਾ ਰਹੇਗਾ ਫਿਰ ਵੀ ਸਾਡਾ ਇਲਮ ਜ਼ਾਇਆ ਹੋ ਰਿਹਾ ਠੀਕ ਹੈ ਤਾਂ ਤੁਸੀਂ ਬੱਚੋ ਇਹਨੂੰ 11 ਦਫ਼ਾ ਦਰੂਦ ਸ਼ਰੀਫ ਪਹਿਲੇ ਪੜ੍ਹਨਾ ਜੀ ਅਤੇ 11 ਦਫ਼ਾ ਦਰੂਦ ਸ਼ਰੀਫ ਬਾਅਦ 'ਚ ਪੜ੍ਹਨਾ ਅਤੇ ਪੜ੍ਹਨਾ ਤੁਸੀਂ ਬੱਚੋ ਕੀ ਹੈ ਰੱਬੇ ਜ਼ਿਦਨੀ ਇਲਮਾ ਕੀ ਪੜ੍ਹਨਾ ਜੀ ਰੱਬੇ ਜ਼ਿਦਨੀ ਇਲਮਾ ਰੱਬੇ ਜ਼ਿਦਨੀ ਇਲਮਾ ਇਹਨੂੰ 313 ਦਫ਼ਾ ਪੜ੍ਹਨਾ ਜੀ 313 ਦਫ਼ਾ ਪੜ੍ਹੋਗੇ 11 ਦਫ਼ਾ ਪਹਿਲੇ ਦਰੂਦ ਸ਼ਰੀਫ ਪੜ੍ਹਨਾ 11 ਦਫ਼ਾ ਬਾਅਦ ਦਰੂਦ ਸ਼ਰੀਫ ਪੜ੍ਹਨਾ ਜਿਹੜਾ ਵੀ ਤੁਹਾਨੂੰ ਦਰੂਦ ਯਾਦ ਹੈਗਾ ਪੜ੍ਹ ਕੇ ਅਤੇ ਬਸ ਦੁਆ ਕਰਨੀ ਅੱਲਾ ਅੱਗੇ ਲੋ ਬੱਚੋ ਤੁਹਾਡਾ ਸਾਰੀ ਜ਼ਿੰਦਗੀ ਟਿੱਲ ਲਾ ਲੈ ਤੁਹਾਡਾ ਨਾ ਇਲਮ ਜ਼ਾਇਆ ਹੋਏਗਾ ਜਿਹੜਾ ਤੁਸੀਂ ਵਜ਼ੀਫਾ ਕਰ ਰਹੇ ਹੋ ਜਿਹੜਾ ਤੁਸੀਂ ਸਬਕ ਪੜ੍ਹਿਆ ਨਾ ਤੁਹਾਡਾ ਜ਼ਾਇਆ ਕਰ ਸਕਦਾ ਨਾ ਤੁਹਾਡਾ ਜ਼ਾਇਆ ਹੋਏਗਾ ਅਤੇ ਵੈਸੇ ਵੀ ਤੁਹਾਨੂੰ ਰੂਹਾਨੀ ਵਿੱਚ ਤਰੱਕੀ ਮਿਲੇਗੀ ਹੋਰ ਤੁਹਾਡਾ ਇਲਮ ਅੱਲਾ ਤਾਲਾ ਇਜ਼ਾਫਾ ਪੈਦਾ ਕਰ ਦੇਗਾ ਲੋ ਬੱਚੋ ਇਹਨੂੰ ਤੁਸੀਂ ਹੁਣ ਯਾਦ ਕਰ ਲਓ ਇਹਨੂੰ ਪੜ੍ਹੋ ਅਤੇ ਨਾ ਆਪਣੇ ਇਲਮ ਤੋਂ ਵੀ ਬਚਾਓ ਅਤੇ ਆਪ ਵੀ ਬਚੋ ਅਤੇ ਇਲਮ 'ਚ ਤਰੱਕੀ ਵੀ ਹੋਏਗੀ ਲੋ ਬੱਚੋ ਹੁਣ ਤੁਹਾਨੂੰ ਵੀਡੀਓ ਅੱਛੀ ਲੱਗੇ ਅਤੇ ਇਹਨੂੰ ਸਬਸਕ੍ਰਾਈਬ ਵੀ ਕਰੋ ਲਾਈਕ ਕਰੋ ਔਰ ਸ਼ੇਅਰ ਵੀ ਕਰਿਆ ਕਰੋ ਲੋ ਬੱਚੋ ਫਿਰ ਅਸਲਾਮ ਅਲੈਕਮ।